ਅੱਜ ਗੁਰੂ ਨਾਨਕ ਖਾਲਸਾ ਗਰਲਜ ਕਾਲਜ ਬਾਬਾ ਸੰਘ ਢੇਸੀਆਂ ਦੀਆਂ ਵਿਦਿਆਰਥਣਾਂ ਦਾ ਵਫਦ ਪ੍ਰੋਫੈਸਰ ਇੰਚਾਰਜ ਅਮਰਪ੍ਰੀਤ ਕੌਰ ਦੀ ਅਗਵਾਈ ਹੇਠ ਅੱਜ ਦੀ ਵਾਜ ਦੇ ਦਫ਼ਤਰ ਵਿਖੇ ਪੁੱਜਾ। ਇਸ ਦੌਰਾਨ ਵਿਦਿਆਰਥਣਾਂ ਨੇ ਅਖਬਾਰ ਦੇ ਵੱਖ ਵੱਖ ਵਿਭਾਗਾਂ ਦਾ ਦੌਰਾ ਕੀਤਾ ਅਤੇ ਖਬਰ ਦੀ ਬਣਤਰ ਤੋਂ ਲੈ ਕੇ ਅਖਬਾਰ ਦੇ ਛਪਣ ਅਤੇ ਪਾਠਕਾਂ ਤੱਕ ਪਹੁੰਚਣ ਸੰਬੰਧੀ ਬਰੀਕੀ ਨਾਲ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਪੱਤਰਕਾਰੀ ਦੇ ਖੇਤਰ ਵਿੱਚ ਆਉਂਦੀਆਂ ਚੁਣੌਤੀਆਂ ਅਤੇ ਉਸ ਦੇ ਭਵਿੱਖ ਬਾਰੇ ਵੀ ਜਾਣਿਆ। ਇਸ ਮੌਕੇ ਉਹਨਾਂ ਪੱਤਰਕਾਰੀ ਦੇ ਕਈ ਗੁਰ ਵੀ ਸਿੱਖੇ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਨਵੀਂ ਪੀੜ੍ਹੀ ਤੋਂ ਆਉਣ ਵਾਲੀਆਂ ਪੱਤਰਕਾਰ ਲੜਕੀਆਂ ਲਈ ਚੁਣੌਤੀਪੂਰਨ ਅਗਾਂਹਵਧੂ ਪੇਸ਼ੇ ਸੰਬੰਧੀ ਵੀ ਜਾਣਿਆ। ਇਸ ਦੌਰਾਨ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਸੰਬੰਧੀ ਵਿਸਤਾਰ ਸਹਿਤ ਚਰਚਾ ਕੀਤੀ ਗਈ। ਗੱਲਬਾਤ ਦੌਰਾਨ ਅਖ਼ਬਾਰਾਂ ਅਤੇ ਆਮ ਬੋਲਚਾਲ ਦੌਰਾਨ ਮਾਂ ਬੋਲੀ ਪੰਜਾਬੀ ਨੂੰ ਤਰਜੀਹ ਦਿੱਤੇ ਜਾਣ ਸੰਬੰਧੀ ਵੀ ਗੌਰ ਕੀਤਾ ਗਿਆ। ਅਖ਼ਬਾਰ ਸੰਬੰਧੀ ਤਕਨੀਕੀ ਜਾਣਕਾਰੀ ਹਾਸਲ ਕਰਨ ਆਏ ਵਿਦਿਆਰਥਣਾਂ ਦੇ ਇਸ ਸਮੂਹ ਵਿੱਚ ਹਰਪ੍ਰੀਤ ਕੌਰ, ਕੋਮਲ, ਸਿਮਰਨ, ਤਾਨੀਆ, ਮੁਸਕਾਨ, ਜਾਨਵੀਰ, ਹਰਮਨ, ਸਾਰਿਕਾ ਅਤੇ ਗਗਨਪ੍ਰੀਤ ਸ਼ਾਮਲ ਸਨ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼।